ਹਾਲੋ एवरीवन ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਕਵੈਸਚਨ ਪੇਪਰ ਐਮਏ ਜੀਓਗ੍ਰਾਫੀ ਦਾ 3rd ਸੈਮੈਸਟਰ ਦਾ ਕਵੈਸਚਨ ਪੇਪਰ ਹੈ ਪੇਪਰ ਦਾ ਨਾਮ ਹੈ ਜੀ ਪੋਲੀਟੀਕਲ ਜੀਓਗ੍ਰਾਫੀ ਆਫ ਇੰਡੀਆ ਆਪਸ਼ਨ 5th ਹੈ ਸੋ ਇਹ ਵਾਲਾ ਕਵੈਸਚਨ ਪੇਪਰ ਤੁਹਾਨੂੰ ਕੰਪਲੀਟ ਅੱਜ ਇਸ ਵੀਡੀਓ ਦੇ ਵਿੱਚ ਮਿਲ ਜਾਵੇਗਾ ਇਹ ਕਵੈਸਚਨ ਪੇਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕਵੈਸਚਨ ਪੇਪਰ ਹੈ 2022 ਦਾ ਤੁਹਾਡੀ ਐਗਜ਼ਾਮ ਦੀ ਗੱਲ ਕਰੀਏ ਤਾਂ 80 ਮਾਰਕਸ ਦਾ ਤੁਹਾਡਾ ਐਗਜ਼ਾਮ ਹੁੰਦਾ ਹੈ ਤੇ ਟਾਈਮ ਤੁਹਾਡੇ ਕੋਲ 3 ਆਵਰਜ਼ ਹੁੰਦੇ ਐ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਨੋਟ ਇਹਨਾਂ ਨੇ ਲਿਖਿਆ ਜੀ ਅਟੈਂਪਟ 5 ਕੁਐਸਚਨਸ ਇਨ 올 ਇਨਕਲੂਡਿੰਗ ਕੁਐਸਚਨ ਨੰਬਰ 1 ਵਿਚ ਇਜ਼ ਕੰਪਲਸਰੀ ਐਂਡ ਸਲੈਕਟਿੰਗ 1 ਕੁਐਸਚਨ ਫ্রম ਈਚ ਯੂਨਿਟ ਟੋਟਲ ਤੁਸੀ 5 ਕੁਐਸਚਨ ਦੇ ਆਨਸਰ ਦੇਣੇ ਹੁੰਦੇ ਆ ਤੇ ਕਵੈਸਚਨ ਨੰਬਰ 1 ਤੁਹਾਡੇ ਲਈ ਕੰਪਲਸਰੀ ਹੁੰਦਾ ਤੇ ਉਸ ਤੋਂ ਬਾਅਦ ਜਿੰਨੇ ਵੀ ਯੂਨਿਟ ਹੁੰਦੇ ਆ ਉਹਦੇ ਵਿੱਚ 2 2 ਕਵੈਸਚਨ ਤੁਹਾਨੂੰ ਪੁੱਛੇ ਜਾਂਦੇ ਨੇ ਤੇ ਕਿਸੇ ਇੱਕ ਕਵੈਸਚਨ ਦਾ ਤੁਸੀਂ ਆਨਸਰ ਦੇਣਾ ਹੁੰਦਾ ਹੈ ਸੋ ਸਕਰੀਨ ਤੇ ਫਰਸਟ ਮੈਂ ਤੁਹਾਨੂੰ ਸ਼ਾਰਟ ਕਵੈਸਚਨ ਸ਼ੋ ਕਰਵਾ ਰਹੀ ਆ ਇਹਨਾਂ ਨੇ ਲਿਖਿਆ ਜੀ ਆਨਸਰ ਐਨੀ 10 ਆਫ ਦਾ ਫੋਲੋਇੰਗ ਇਨ ਅਬਾਊਟ 25 ਟੂ 30 ਵਰਡਸ ਵਿਚ ਸੋ ਜਿੰਨੇ ਵੀ ਸ਼ਾਰਟ ਕਵੈਸਚਨ ਨੇ ਇਹਨਾਂ ਦੇ ਵਿੱਚੋਂ ਕਿਸੇ 10 ਕਵੈਸਚਨ ਦੇ ਤੁਸੀਂ ਆਨਸਰ ਦੇਣੇ ਹੁੰਦੀ ਆ ਤੇ ਤੁਹਾਡਾ ਆਨਸਰ ਨੀਅਰ ਅਬਾਊਟ 25 ਟੂ 30 ਵਰਡਸ ਦੇ ਵਿੱਚ ਆਉਣਾ ਚਾਹੀਦਾ ਤੇ 2 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਹੈ ਤੇ ਟੋਟਲ ਤੁਸੀਂ 10 ਕੁਐਸਚਨ ਦੇ ਆਨਸਰ ਦੇ ਕੇ 20 ਮਾਰਕਸ ਤੁਸੀਂ ਗੇਨ ਕਰ ਸਕਦੇ ਹੋ ਨੈਕਸਟ ਆ ਗਿਆ ਜੀ ਤੁਹਾਡੇ ਲੌਂਗ ਕੁਐਸਚਨ ਸੋ ਸਕਰੀਨ ਤੇ ਤੁਹਾਡੇ ਲੌਂਗ ਕੁਐਸਚਨ ਤੁਹਾਨੂੰ ਸ਼ੋ ਕਰ ਰਿਹਾ ਯੂਨਿਟ 1 ਯੂਨਿਟ 2 ਯੂਨਿਟ 3 ਤੇ ਯੂਨਿਟ 4 ਤੁਹਾਨੂੰ ਸ਼ੋ ਕਰ ਰਿਹਾ ਇਹਦੇ ਵਿੱਚ ਤੁਹਾਨੂੰ 2 2 ਕੁਐਸਚਨ ਪੁੱਛੇ ਜਾਂਦੇ ਨੇ ਤੇ ਕਿਸੇ ਇੱਕ ਕੁਐਸਚਨ ਦਾ ਤੁਸੀਂ ਆਨਸਰ ਦੇਣਾ ਹੁੰਦਾ ਹੈ ਤੇ ਤੁਹਾਡਾ ਇੱਕ ਆਨਸਰ 15 ਮਾਰਕਸ ਦਾ ਹੁੰਦਾ ਹੈ ਸੋ ਹਰ ਇੱਕ ਯੂਨਿਟੀ ਦੇ ਵਿੱਚੋਂ ਕਿਸੇ ਵੀ ਇੱਕ ਕੁਐਸਚਨ ਦਾ ਤੁਸੀਂ ਆਨਸਰ ਦੇਣਾ ਹੁੰਦਾ ਹੈ ਸੋ ਇਹ ਸੀਗਾ ਜੀ ਤੁਹਾਡਾ ਇੰਗਲਿਸ਼ ਮੀਡੀਅਮ ਦੇ ਵਿੱਚ ਤੁਹਾਡਾ ਕੁਐਸਚਨ ਪੇਪਰ ਨੈਕਸਟ ਆ ਜਾਂਦਾ ਜੀ ਤੁਹਾਡਾ ਹਿੰਦੀ ਮੀਡੀਅਮ ਦੇ ਵਿੱਚ ਤੇ ਪੰਜਾਬੀ ਮੀਡੀਅਮ ਦੇ ਵਿੱਚ ਸੋ ਸਕਰੀਨ ਤੇ ਤੁਹਾਨੂੰ ਸ਼ੋ ਕਰ ਰਿਹਾ ਸੋ ਇਹਦੇ ਵਿੱਚ ਆ ਜਾਂਦੇ ਜੀ ਤੁਹਾਡੇ ਸ਼ਾਰਟ ਕੁਐਸਚਨ ਫਰਸਟ ਸੋ ਇੱਕ ਪਾਸੇ ਤੁਹਾਨੂੰ ਪੰਜਾਬੀ ਮੀਡੀਅਮ ਦੇ ਵਿੱਚ ਸ਼ੋ ਕਰ ਰਿਹਾ ਤੇ ਦੂਜੇ ਪਾਸੇ ਤੁਹਾਨੂੰ ਇੰਗਲਿਸ਼ ਮੀਡੀਅਮ ਦੇ ਵਿੱਚ ਸ਼ੋ ਕਰ ਰਿਹਾ ਸੋ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਹਿੰਦੀ ਮੀਡੀਅਮ ਤੇ ਪੰਜਾਬੀ ਮੀਡੀਅਮ ਵਾਲੇ ਸਟੂਡੈਂਟਸ ਸੋ ਇਹ ਸ਼ਾਰਟ ਕੁਐਸਚਨ ਨੇ 10 ਕੁਐਸਚਨ ਤੁਸੀਂ ਕਰਨੇ ਆ ਤੁਹਾਡਾ ਆਨਸਰ 25 ਤੋਂ 30 ਸ਼ਬਦਾਂ ਦੇ ਵਿੱਚ ਹੋਣਾ ਚਾਹੀਦਾ ਤੇ 2 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਹੈ ਸੋ ਨੈਕਸਟ ਆ ਜਾਂਦਾ ਜੀ ਤੁਹਾਡੇ ਲੌਂਗ ਕੁਐਸਚਨ ਲੌਂਗ ਕੁਐਸਚਨ ਦੇ ਵਿੱਚ ਭਾਗ 1 ਭਾਗ 2 ਭਾਗ 3 ਤੇ ਭਾਗ 4 ਆ ਜਾਂਦੇ ਆ ਸੋ ਇਹਦੇ ਵਿੱਚ ਤੁਹਾਨੂੰ 2 2 ਕੁਐਸਚਨ ਪੁੱਛੇ ਜਾਂਦੇ ਨੇ ਤੇ ਕਿਸੇ ਇੱਕ ਕੁਐਸਚਨ ਦਾ ਤੁਸੀਂ ਆਨਸਰ ਦੇਣਾ ਹੁੰਦਾ ਹੈ ਤੇ ਇੱਕ ਤੁਹਾਡਾ ਆਨਸਰ ਹੈ ਉਹ 15 ਮਾਰਕਸ ਦਾ ਹੁੰਦਾ ਹੈ ਸੋ ਭਾਗ 1 ਭਾਗ 2 ਭਾਗ 3 ਤੇ ਭਾਗ 4 ਹੁੰਦੇ ਆ ਸੋ ਇਹ ਤੁਹਾਡੇ ਲੌਂਗ ਕੁਐਸਚਨ ਹੋ ਜਾਂਦੇ ਜੀ ਤੁਹਾਡੇ ਸੋ ਇਹ ਸੀਗਾ ਜੀ ਤੁਹਾਡਾ ਕੰਪਲੀਟ ਕੁਐਸਚਨ ਪੇਪਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪਸ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਜੋ ਬਟਨ ਆ ਉਹਨੂੰ ਵੀ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫਾਰ ਵਾਚਿੰਗ